ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਕਾਇਨੌਰ ਜ਼ਿਲ੍ਹਾ ਰੋਪੜ ਤਹਿਸੀਲ ਮੋਰਿੰਡਾ ਅਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੂਜੇ ਸੂਏ ਜਰਸੀ ਵੱਛੀ ਦਿਖਾਉਣੀ ਹੈ ਚੰਗੇ ਥਾਣ ਹਵਾਨੇ ਵਾਲੀ ਅਤੇ ਡੇਟ ਮੁਤਾਬਕ ਕੌਸਾਵਾਂ ਬਾਈ ਜੀ ਹੋਣੇ ਕਹਿੰਦੇ ਕੱਚੀ ਆ ਅਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆ ਜੂਗੇ ਅਤੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ 'ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਹਾਂਜੀ ਦੋਸਤੋ ਦੂਜਾ ਸੂਆ ਵੱਛੀ ਮੂੰਹ ਤੋਂ 6 ਦਿਨ ਦਾ ਡੇਟ ਮੁਤਾਬਕ ਬਾਈ ਜੀ ਹੋਣੇ ਕਹਿੰਦੇ 2 ਤੋਂ 3 ਦਿਨ ਕੱਚੀ ਆ। ਪਹਿਲੇ ਸੂਏ ਬਾਈ ਜੀ ਹੋਣੇ ਕਹਿੰਦੇ 13 ਕਿਲੋ ਵੱਛੀ ਨੇ ਚਵਾਇਆ। ਐਤਕੀ ਬਾਈ ਜੀ ਹੋਣੇ ਕਹਿੰਦੇ 15-16 ਕਿਲੋ ਦੁੱਧ ਵੱਛੀ ਬੜੇ ਆਰਾਮ ਨਾਲ ਚਵਾ ਜੂ। ਇਸ ਕੁਆਲਿਟੀ ਸੋਹਣੀ ਦੋਸਤੋ ਪੰਜਾਬ ਵਾਲੀ ਜਰਸੀ ਕਰੋਸ ਅੰਗ ਦੇ ਵਿੱਚ ਦੋਸਤੋ ਥਣ ਸੋਹਣੇ ਆ। 4 ਥਣਾਂ ਸੇਮ ਹੀ ਸਾਈਜ਼ ਗੈਪ 'ਚ ਨਿੱਖਰਵੇਂ ਇਕੱਲੇ ਇਕੱਲੇ ਲੱਗੇ ਹੋਏ ਆ। ਫੋਰ ਸ਼ੰਕ ਭੋਰਾ ਨਹੀਂ ਹਵਾਨਾ ਦੋਸਤੋ ਵੱਛੀ ਨੇ ਪੂਰਾ ਸੋਹਣਾ ਤਿਆਰ ਕੀਤਾ ਹੋਇਆ। ਦੁੱਧ ਬਾਈ ਕਹਿੰਦਾ 15-16 ਕਿਲੋ ਬੜੇ ਆਰਾਮ ਨਾਲ ਚਵਾ ਜੂ। ਮੂੰਹ ਤੋਂ 6 ਦਿਨ ਦਾ ਹਵਾਨਾ ਦੋਸਤੋ ਬੈਕ ਸਾਈਡ ਤੋਂ ਵੇਚ ਸਕਦੇ ਹਾਂ। ਸੋਹਣਾ ਤਿਆਰ ਕੀਤਾ ਹੋਇਆ ਥਣ ਸੋਹਣੇ ਦੋਸਤੋ। 4 ਥਣਾਂ ਸੇਮ ਹੀ ਸਾਈਜ਼ ਗੈਪ 'ਚ ਨਿੱਖਰਵੇਂ ਇਕੱਲੇ ਇਕੱਲੇ ਲੱਗੇ ਹੋਏ ਆ। ਲੇਵੇ ਦੇ ਹਿਸਾਬ ਨਾਲ ਤਾਂ ਦੋਸਤੋ ਵੱਛੀ ਨੂੰ 15-16 ਕਿਲੋ ਚਵਾਉਣਾ ਚਾਹੀਦਾ ਜਿਸ ਹਿਸਾਬ ਨਾਲ ਹਵਾਨੇ ਦੀ ਕੁਆਲਿਟੀ ਹੈ। ਬਾਕੀ ਦੋਸਤੋ ਸੋਹਣੀ ਫੇਸ ਕੁਆਲਿਟੀ ਬੂਥੀ ਸੋਹਣੀ ਆ ਦੋਸਤੋ। ਦੋਸਤੋ ਖੁੱਲ੍ਹੇ ਡੁੱਲੇ ਅੰਗਾਂ ਪੈਰਾਂ ਦੀ ਆ। ਪ੍ਰਿੰਟ ਸੋਹਣਾ ਦੋਸਤੋ ਵੱਛੀ ਦਾ। ਦੁੱਧ ਬਾਈ ਕਹਿੰਦਾ 15-16 ਕਿਲੋ ਵੱਛੀ ਬੜੇ ਆਰਾਮ ਨਾਲ ਚਵਾ ਜੂ। ਮੁੱਲ ਬਾਈ ਨੇ ਰੱਖਿਆ ਹੋਇਆ 50,000 ਰੁਪਈਆ। ਉਹ 'ਚ ਬਾਈ ਕਹਿੰਦਾ ਮਾਨ ਤਾਣ ਹੋ ਜੂ ਜਿਹਨੂੰ ਪਸੰਦ ਆ ਜੂ। ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ, ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ। ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ। ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਨਾਲ। ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।